ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰੋ ਕਿਸਾਨ ਵੀਰੋ ਜਿਹੜੀ ਹੈਗੀ ਇੱਕ ਜ਼ਰੂਰੀ ਸੂਚਨਾ ਜਿਹੜੀ ਆਰਤ ਮੌਸਮ ਭਾਗ ਜਿਹੜਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਵੱਲੋਂ ਜਿਹੜੀ ਪੰਜਾਬ ਖੇਤੀਬਾੜੀ ਵਿਭਾਗ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਜਿਹੜੀ ਲਿਖਤੀ ਸੂਚਨਾ ਦਿੱਤੀ ਗਈ ਵੀ 22 ਤੋਂ 24 ਤੱਕ 22 ਸਤੰਬਰ ਤੋਂ 24 ਸਤੰਬਰ ਤੱਕ ਜਿਹੜਾ ਪੰਜਾਬ ਦੇ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਮੌਸਮ ਕਾਫੀ ਵਿਗੜ ਸਕਦਾ ਸੋ ਉਹਦੇ ਸਬੰਧ ਚ ਇੱਕ ਤਾਂ ਆਪਾਂ ਵੈਸੇ ਤਾਂ ਫਸਲ ਸਾਰੀ ਠੀਕ ਖੜੀ ਹੈ ਫਿਲਹਾਲ ਕਿਸੇ ਤਰ੍ਹਾਂ ਦੀ ਸਪਰੇਅ ਦੀ ਲੋੜ ਨਹੀਂ ਪਰ ਫਿਰ ਵੀ ਜੇ ਕਿਸਾਨ ਵੀਰ ਕੋਈ ਉਲੀਨਾਸ਼ਕ ਵਗੈਰਾ ਦੀ ਕੁਟੇਲਟ ਦੀ ਜਾਂ ਹੋਰ ਸਪਰੇਅ ਕਰਨ ਦਾ ਕੋਈ ਵਿਚਾਰ ਬਣਾ ਰਹੇ ਤਾਂ 24 ਤਰੀਕ ਤੱਕ ਜਿਹ ਤੇ ਝੋਨੇ ਦੇ ਵਿੱਚ ਜਿਹੜਾ ਪਾਣੀ ਖੜਾ ਕਰਨ ਤੋਂ ਵੀ 2 ਦਿਨ ਹੁਣ ਮੋਟਰਾਂ ਤੋਂ ਗਰੇਜ ਰੱਖਿਓ ਤਾਂ ਕਿ ਜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋਊਗੀ ਤਾਂ ਉੱਥੇ ਪਾਣੀ ਝੋਨੇ ਦੇ ਵਿੱਚ ਬਹੁਤ ਖੜ ਜਾਣਾ ਸੋ ਜੇ ਪਹਿਲਾਂ ਹੀ ਪਾਣੀ ਖੜਾ ਹੋਵੇ ਤਾਂ ਆਪਣਾ ਜਿਹੜਾ ਕੋਈ ਫਸਲ ਦਾ ਨੁਕਸਾਨ ਨਾ ਹੋਵੇ ਤੇ ਨਾ ਹੀ ਜਿਹੜੀ ਹੈਗੀ ਆ ਜਿਹੜੀ ਕੋਈ ਸਪਰੇ ਵਗੈਰਾ ਵੀ ਕਰਨੀ ਐ 1-2 ਦਿਨ ਵੇਟ ਕਰਕੇ 24 ਤਰੀਕ ਤੱਕ ਜਿਹੜੀ ਹੈਗੀ ਆ ਕਾਮ ਸੇ ਕਾਮ ਵੇਟ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੀ ਜੋ ਆਪਾਂ ਕੋਈ ਖੇਤੀਬਾੜੀ ਸੰਬੰਧੀ ਕੋਈ ਆਪਰੇਸ਼ਨ ਕੋਈ ਸਪਰੇਅ ਕਰਨ ਜਾਂ ਕੋਈ ਪਾਣੀ ਲਾਉਣਾ ਉਦੋਂ ਹੀ ਲਾਇਆ ਜਾਵੇ ਝੋਨੇ ਦੇ ਵਿੱਚ ਨਾ ਬਾਲਾ ਪਾਣੀ ਖੜਨ ਕੇ ਦਿੱਤਾ ਜਾਵੇ ਤੇ ਨਾ ਕੋਈ ਸਪਰੇਅ ਕੀਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ